It's not showtime. Real life. Please play in moderation. Good luck, mate. Take frequent breaks and play responsibly. ਕਮੈਂਟਰੀ ਕਰ ਰਹੇ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਆਪਾਂ ਫਿਰ ਅੱਗੇ ਤੋਂ ਪੰਜਾਬੀ ਜੀ ਕਰਿਆ ਕਰਾਂਗੇ। ਤੇ ਹੋਰ ਕੀ ਬੰਦਾ ਤੁਹਾਡੇ ਸਾਰੇ? ਅੱਜ ਆਪਾਂ ਕਰਨ ਚੱਲੇ ਨੋ ਹੀਲਿੰਗ ਚੈਲੰਜ। ਆ ਥੱਲੇ ਮੇਰਾ ਇੰਸਟਾਗ੍ਰਾਮ ਸ਼ੋ ਹੋ ਰਿਹਾ, ਫੋਲੋ ਕਰਨਾ ਕਰ ਸਕਦੇ ਹੋ। ਤੇ ਹੋਰ ਵੀ ਮੇਰਾ ਇੱਕ ਟੀਮਮੇਟ ਹੈ ਨਾਲ ਜਸਕੀਰਤ, ਉਹ ਵੀ ਅੱਜ ਮੇਰੇ ਨਾਲ ਕਰੇਗਾ ਨੋ ਹੀਲਿੰਗ ਚੈਲੰਜ। ਇਹਦਾ ਵੀ ਥੱਲੇ ਇੰਸਟਾਗ੍ਰਾਮ ਸ਼ੋ ਹੋ ਰਿਹਾ, ਜੇ ਫੋਲੋ ਕਰ ਸਕਦੇ ਤੁਸੀਂ ਸਾਨੂੰ ਇੰਸਟਾ 'ਤੇ, ਉੱਥੇ ਅਸੀਂ ਟਾਈਮ ਟੂ ਟਾਈਮ ਅਪਡੇਟ ਦਿੰਦੇ ਰਹਿੰਦੇ ਹਾਂ। ਅਤੇ ਹਾਂਜੀ, ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਇਸ 'ਤੇ ਅਸੀਂ ਇਹੋ ਜਿਹੀਆਂ ਵਧੀਆ ਵਧੀਆ ਚੈਲੰਜ ਵਾਲੀ ਵੀਡੀਓ ਲੈ ਕੇ ਆਉਂਦੇ। ਚਲੋ ਹੁਣ ਆਪਾਂ ਚੱਲਾਂਗੇ ਕਰੈਕਿਨ ਮੈਪ ਲਾਇਬ੍ਰੇਰੀ। ਆਪਾਂ ਇਸ ਵਾਰ ਬੰਦੇ ਠੀਕ ਠੀਕ ਹੀ ਆਉਂਦੇ ਆਰ ਪੀ 'ਚ, ਬੰਦੇ ਤੱਕ ਲਾਈਕ ਲਾਸਟ ਆਉਂਦੇ 23 ਆਰ ਪੀ ਆਰ ਕਰਦੇ। ਹੋਰ ਜੇ ਤੁਸੀਂ ਹੋਰ ਕੋਈ ਚੈਲੰਜ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ, ਮੈਂ ਉਸ ਦੇ ਉੱਤੇ ਵੀ ਵੀਡੀਓ ਬਣਾ ਲਾਂਗਾ ਤੁਹਾਡੇ ਵਾਸਤੇ। ਅਤੇ ਹਾਂਜੀ, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਸਬਸਕ੍ਰਾਈਬ ਕਿੱਦਾਂ ਕਰਕੇ ਜਾਏਗਾ, ਠੀਕ ਹੈ? ਅਤੇ ਹੁਣ ਨਾਲ ਘੰਟੀ ਦਾ ਬਟਨ ਦੱਬ ਦਿਓ। ਹਾਂਜੀ, ਅਤੇ ਆਪਾਂ ਹੋ ਗਏ ਹੁਣ ਇੱਥੇ ਲੈਂਡ। ਉੱਤਰ ਦੇ ਸਾਰੀ ਡੈਜ਼ਰਟ ਲੈ ਕੇ ਜਿੰਮਾ ਬੇਕਾਰ ਦਿਨ ਹੁੰਦਾ, ਪਿਸਟਲ ਮਿਲਦੀ ਹੈ ਉੱਤਰ ਦੇ ਸਾਰਾ ਕੰਮ। ਤੁਹਾਨੂੰ ਵੀਡੀਓ ਅਤੇ ਆਡੀਓ ਕੁਆਲਿਟੀ ਕਿਹੋ ਜਿਹੀ ਆ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਆਪਾਂ ਮਿਲ ਕੇ 2x 3x ਪੈਪਸੀ ਦੀ ਬੋਤਲ ਵੈਸਟ ਹੈਲਮਟ ਵਗੈਰਾ ਮਿਲਦਾ ਜਾ ਰਿਹਾ, ਅਤੇ ਮੈਨੂੰ ਲੱਗ ਰਿਹਾ ਕੋਈ ਬੰਦਾ ਨੇੜੇ ਹੈ, ਪਰ ਇਹ ਮੇਰਾ ਭੁਲੇਖਾ ਹੀ ਹੈ, ਬੰਦਾ ਕੋਈ ਨੇੜੇ ਨਹੀਂ ਹੈਗਾ, ਕਿਉਂਕਿ ਮੈਂ ਹੁਣ ਵੀਡੀਓ ਬਣਾਉਣ ਤੋਂ ਬਾਅਦ ਵੋਇਸ ਓਵਰ ਕਰ ਰਿਹਾ, ਕਿਉਂਕਿ ਫਿਰ ਉਵੇਂ ਕੰਸਨਟ੍ਰੇਸ਼ਨ ਨਹੀਂ ਰਹਿੰਦੀ ਗੇਮ 'ਚ ਕਿ ਆਪਾਂ ਨਾਲ ਹੀ ਕਰਦੇ ਹਾਂ। ਤੁਸੀਂ ਸਿੱਖਣਾ ਚਾਹੁੰਦੇ ਹੋ ਵੀਡੀਓ ਐਡੀਟਿੰਗ ਕਿਵੇਂ ਕਰਨੀ ਹੈ, ਮੇਰਾ ਦੂਜਾ ਚੈਨਲ ਹੈਗਾ, ਮੈਂ ਉਹਨੂੰ ਡਿਸਕ੍ਰਿਪਸ਼ਨ 'ਚ ਲਿੰਕ ਪਾ ਲਾਂਗਾ ਉਹਦਾ। ਇੱਥੇ ਐਮਓ ਮਿਲ ਗਈ ਆਪਾਂ ਨੂੰ ਸ਼ਾਰਟ ਗੰਨਾਂ, ਅਤੇ ਇੱਕ ਹੋਰ ਮਿਲੀ ਹੈ ਗਨ ਜਿਹਦਾ ਮੈਨੂੰ ਨਾਮ ਨਹੀਂ ਪਤਾ, ਇਸ ਵਾਰ ਦੇਖਦੇ ਕੀ ਬਣਦਾ। ਲੈਟਸ ਗੋ, ਚਲੋ ਚੱਲੀਏ ਉਹਨਾਂ ਦਾ ਫਿਰ, ਉਹਨਾਂ ਤਾਂ ਲੂਟ ਕਰ ਲਈ ਜਿੰਨੀ ਕਰਨੀ ਸੀ। 5 ਦੀ ਐਮਓ ਕੋਈ ਕੰਮ ਦੀ ਨਹੀਂ ਹੈਗੀ ਫਿਲਹਾਲ ਤੱਕ ਤਾਂ। ਹਾਂਜੀ, ਚਲੋ ਆਪਾਂ ਇਹ ਝੋਪੜੀ 'ਚ ਜਾ ਕੇ ਦੇਖਦੇ ਕੀ ਮਿਲਦਾ, ਕੁਛ ਨਾ ਕੁਛ ਚੱਜ ਦਾ ਤਾਂ ਹੋਊਗਾ ਇਸ 'ਚ, ਜ਼ਿਆਦਾ ਬੰਦੇ ਨੇ ਨੇੜੇ ਆਪਣੇ ਥੋੜ੍ਹਾ ਦੇਖ ਕੇ ਖੇਲਣਾ ਪਏਗਾ, ਕਿਉਂਕਿ ਮੇਰੇ ਕੋਲ ਕੋਈ ਗਨ ਵੀ ਨਹੀਂ ਹੈਗੀ ਚੱਜ ਫਿਲਹਾਲ ਤੱਕ ਤਾਂ। ਪਿੱਛੇ ਮੈਨੂੰ ਬੰਦੇ ਦੀ ਆਵਾਜ਼ ਆਈ ਸੀਗੀ, ਚਲੋ ਦੇਖਦੇ ਕਿੱਥੇ ਗਏ। ਹਾਂ ਬੈਠੋ ਬਹੁਤ ਸਤਿ ਸਾਨੂੰ ਗੋਲੀਆਂ ਤੋਂ। ਹਾਂਜੀ, ਇਹ ਗੇਮ ਮਿਲ ਗਈ ਮੇਰੇ ਵੀਰੇ, ਉਹ ਹੁਣ ਆਪਾਂ ਪਾਵਾਂਗੇ ਪਟਾਕੇ, ਕੁਛ ਨਹੀਂ ਪਤਾ ਹੁੰਦਾ ਟਾਈਮ ਵਾਲੇ ਪੜਾਕੇ ਆਪਣੇ ਹੀ ਪੈ ਜਾਂਦੇ ਹੁੰਦੇ ਨੇ ਕਈ ਵਾਰ, ਸੋ ਚੁੱਪ ਚਾਪ ਚਲੋ। ਉਹ ਪਿੱਛੇ ਬੰਦਾ, ਮੈਨੂੰ ਇੱਧਰ ਵੀ ਗੋਲੀਆਂ ਪੈਣੀਆਂ ਸਟਾਰਟ ਹੋ ਗਿਆ, ਬਲਕਿ ਨੌਕ ਹੋ ਗਿਆ ਉਹਦਾ। ਹੁਣ ਦੇਖੋ ਕੀ ਬਣਦਾ ਅੱਗੇ ਜਾ ਕੇ ਥੋੜ੍ਹਾ ਜਿਹਾ। ਮਾਰਕ ਦ ਲੋਕੇਸ਼ਨ, ਬੰਦਾ ਆ ਰਿਹਾ ਉਧਰ, ਮੈਂ ਛੁਪ ਕੇ ਬੈਠਾ ਉਹਦੇ ਲਈ। ਆ ਬਈ ਤੇ ਨੀ, ਮੈਂ ਜਾਲ ਵਿਛਾਇਆ ਉਧਰ, ਮੇਰਾ ਨੌਕ ਪਿਆ ਵੀ ਉਹਨੂੰ ਨਾ ਮਾਰਦੇ। ਚਲੋ ਇਹ ਤਾਂ ਖਤਮ ਹੋ ਗਿਆ, ਹੁਣ ਆਪਾਂ ਆਪਣੇ ਬੰਦੇ ਨੂੰ ਬਚਾਉਂਦੇ ਹਾਂ ਜਾ ਕੇ। ਆਪਾਂ ਹੀਲ ਤਾਂ ਕਰਨਾ ਨਹੀਂ ਕੁਛ, ਸੋ ਦੇਖਦੇ ਹਾਂ ਕਦ ਤੱਕ ਆਪਾਂ ਇਹ 'ਚ ਖੇਲ ਸਕਦੇ ਗੇਮ ਬਿਨਾਂ ਹੀਲਿੰਗ ਤੋਂ। ਜਿੰਨੇ ਲਾਇਕ ਮੈਂ 15 ਲਾਈਕਸ ਦਾ ਟਾਰਗੇਟ ਰੱਖਦਾ, ਜੇ 15 ਲਾਈਕਸ ਹੋ ਗਏ ਤਾਂ ਮੈਂ ਫਿਰ ਕਰੂੰਗਾ ਨੋ ਵੈਪਨ ਚੈਲੰਜ, ਮਤਲਬ ਕਿ ਉਸ 'ਚ ਆਪਾਂ ਕੋਈ ਗੋਲੀ ਵਗੈਰਾ ਨਹੀਂ ਚੱਕਣੀ, ਸਿਰਫ ਪੈਨ ਵਗੈਰਾ ਚੱਕਾਂਗੇ, ਦੇਖਦੇ ਹਾਂ ਉਸ 'ਚ ਕੀ ਬਣਦਾ। ਜੇ ਤੁਸੀਂ ਲਾਈਕ ਤੋਂ ਕੰਪਲੀਟ ਕਰਤਾ ਟਾਰਗੇਟ ਤਾਂ ਵੈਲ ਐਂਡ ਗੁੱਡ ਹੈ, ਨਹੀਂ ਤਾਂ ਫਿਰ ਸਮਝੀ ਜਾਓ। ਸੋ ਚਲੋ ਵੀ ਚੱਲਦੇ ਹਾਂ, 3 ਕਿੱਲ ਹੋ ਚੁੱਕੇ ਨੇ ਮੇਰੇ ਹਜੇ ਤੱਕ। ਪੇਟੀਆਂ ਲੁੱਟ ਰਹੇ ਹਾਂ, ਪੇਟੀਆਂ 'ਚ ਕਈ ਵਾਰ ਸਮਾਨ ਵਧੀਆ ਪਿਆ ਹੁੰਦਾ, ਕਿਸੇ ਕੋਲ ਵਧੀਆ ਚੀਜ਼ ਨਹੀਂ ਸੀਗੀ। ਹਾਂਜੀ, ਮੇਰੇ ਨਾਲ ਦਾ ਦੇਖੋ ਉਹਨੂੰ ਜਮ੍ਹਾਂ ਵੀ ਹੀਲ ਨਹੀਂ ਕਰਨਾ, ਉਹਦਾ ਕੀ ਬਣੂਗਾ ਵਿਚਾਰੇ ਦਾ? ਮੇਰੀ ਤਾਂ ਚਲੋ ਹਜੇ ਹੈਗੀ ਹੈ ਹੈਲਥ, ਉਹਦਾ ਕੁਛ ਨਹੀਂ ਪਤਾ ਕੀ ਬਣ ਸਕਦਾ ਉਹਦਾ। ਅਤੇ ਹੁਣ ਦੇਖੋ ਕੀ ਬਣਦਾ ਬਈ ਜੀ, ਥੱਲੇ ਘਰਾਂ ਜਾ ਕੇ ਦੇਖਦੇ ਹਾਂ ਜੀ ਕੋਈ ਲੂਟ ਪਈ ਹੋਈ ਮਿਲੀ ਵਧੀਆ ਜੀ। ਥੱਲੇ
चलिए उरे ही बंदे बहुत होंगे ने ब्रो, जब तक जल्दी बंदे वैसे उरे उतरते ने मैक्सिमम तेरा को मेरे कमेंट करके ऐसे भी कह दी आ रही है ऑडियो क्वालिटी तो वीडियो चक की गल कोई मिली नहीं मैंने हुए तक कोई हाल तक शॉर्ट होने की वजह रहेंगे इसलिए मैंने चुके नहीं घर तो सारे लुट ले फिलहाल पर कोई तो चीज़ कम नहीं मिल जाती जिम्मे मिल गई अपन M4 वाला मैं जो स्वाद है ना 3x ला के चला देना है और दुनिया की किसी भी चीज़ च नहीं है यह स्वाद Let's go. चलिए आप उत्त जा करने हो डोम कोल जिम्मे कि उत्त मैं लगता बंदे होंगे क्योंकि इधर ही बंदे ज़्यादा आते हैं गुफावान इतने लूट ज़्यादा होंगी ता करके मैं जिमें कि थोड़ा दस मिड किल लग गया बंदे तो मारते मिड लग गया पेटियां देख देना जो कोई समान मिलता अपन UMP की एमओ मिल गई अपन उरे I'm out. Need ammo. बहुत हो गया 5 दी एमओ मिल गई वीरे फिर ऐसे यूरो तुरंत भी सोचा फिर मैं कह रहा हूँ जो 5 दी एमओ है गया था देख दे ब्रो 5 दी एमओ भी मिल गई कुछ हद तक Excellent work. चल दे आगे भी दे दे की बार दे कोई बंदा बंदे ही मिल जाए अब पहुँच ले गुफा से चल दे जी Form up on me. करते हैं फिर उस मान बतिया हम दे की बनता है इस गुफा जाएगा कि नहीं स्कोप मिल गया जी 3x कूल सीधा पता नहीं चक्या जब चीज अपन नहीं चाहिए जिम्मे कि अपन मेडिसिन नहीं चाहिए वही सब तो ज्यादा आ रही है अज अपने अगे नहीं तो आप कदे नहीं चकते आप मेडिसिन वगैरह हाँ जी पता नहीं की है ये ना चक्कर मैं 2 मिनट खड़ के उरे टीपी भी लै रहे सी कोई बंदा वगैरह ना आवे भी आपां कट्ठे जांदे आ बाहर जे कोई बंदा भी आया तां थोड़ा जिहा तां आपां उहनूं अट्रैक्ट कर सकदे इधर उधर नहीं तां कट्ठे कट्ठिआं दी संबंधी बणी हुई उरे हांजी मैं कह रहा कि मैं बहुत ज़्यादा खेलते इसलिए पता नहीं कितने की चीज़ होंगे और इस ठीक लूट मिल जाती है बाकी देखो कि मिलता अंदर स्पेशल मिल गया अपन नाइस लेवल 3 का बैकपैक और हेल्थ जो अपन जमा नहीं चाहिए वही सब तो ज़्यादा दिखती है मैं हूँ हेल्थ दिख रहा था कि यूज ही ना हो जाए हाथ उंगलियाँ बहुत चलदियाँ ने साड़िया बता सुट रहे कि यूज ना हो जाए अपने तो I got supplies. ਆਪਾਂ ਹੁਣ ਥੋੜਾ ਜਿਹਾ ਉਧਰਲੇ ਪਾਸੇ ਚੱਲਦੇ ਕਿਉਂਕਿ ਜ਼ੋਨ ਦੇ ਵਿਚਕਾਰ ਜੇ ਬੰਦੇ ਹੁੰਦੇ ਨੇ ਇਹ ਬਾਈ ਕਿੱਲੇ ਉਧਰ ਜਾਈ ਜਾਂਦੇ ਇਕੱਠੀ ਰਹਿਣਾ ਪੂਰਾ ਸਾਨੂੰ ਕਿਉਂਕਿ ਜੇ ਕੋਈ ਆ ਗਿਆ ਇੱਧਰ ਉੱਧਰ ਆਪਾਂ ਹੀਲ ਵੀ ਨਹੀਂ ਕਰ ਸਕਦੇ ਅਤੇ ਮੇਰੇ ਨਾਲ ਦੀ ਹੈਲਥ ਵੀ ਬਹੁਤ ਘੱਟ ਹੈ ਹਾਂਜੀ ਇੱਕ ਪਈ ਹੈ ਉਰੇ ਆਪਾਂ ਨੂੰ ਲੋੜ ਨਹੀਂ ਹੈਗੀ ਆਪਾਂ ਚਲਾਉਂਦੇ ਨਹੀਂ ਕਿਉਂਕਿ ਉਹਦਾ ਰਿਕੁਆਇਰ ਜ਼ਿਆਦਾ ਸਾਹਮਣੇ ਮੈਨੂੰ ਦਿਖਿਆ ਵਾਚ ਆਊਟ ਇਹਨੂੰ ਕਹਿੰਦੇ ਫਿਰ ਪ੍ਰੋ ਲੈਵਲ ਤੱਕ ਪ੍ਰੋ ਟੂ ਲੈਵਲ ਤਾਂ ਕਿੱਥੇ ਜਾਣਾ ਜਦ AWM ਆਏ ਹੈਗੀ ਹੈ ਫਿਰ ਪਤਾ ਨਹੀਂ ਕਿੱਥੇ ਜਾਂਦਾ ਮੇਰੀ ਵੀਡੀਓ ਇੱਕ ਹੋਰ ਬੰਦਾ ਦਿਖਿਆ ਪ੍ਰੋ ਪਰ ਉਹ ਮੈਂ ਨਹੀਂ ਮੇਰੇ ਨਾਲ ਦਾ ਕਿਲੋ ਲੈ ਚੁੱਕਾ ਕਿਉਂਕਿ ਮੈਂ ਉਹਨੂੰ ਮਾਰਿਆ ਨਹੀਂ ਮੇਰੇ ਨਾਲ ਦੇ ਨੇ ਚਲੋ ਆਪਾਂ ਉਹਦੀ ਕ੍ਰੇਟ 'ਚ ਦੇਖ ਕੇ ਆਉਂਦੇ ਕੀ ਸਮਾਨ ਪਿਆ ਫਾਈਵ ਦੀ ਐਮ ਕੋਲ ਬਹੁਤ ਪਈ ਹੈ ਸਟਿੱਕੀ ਬੋਕਸ ਤਾਂ ਬਹੁਤ ਜ਼ਰੂਰੀ ਨੇ ਕਹਿ ਰਿਹਾ ਕਿ ਮੈਪ 'ਚ ਆਈ ਗਾਟ ਸਪਲਾਈਜ਼ ਫਾਰਮਾਂ ਬਹੁਤ ਨੇ ਉਹਨਾਂ ਨੂੰ ਤੋੜਨ ਲਈ ਸਟਿੱਕੀ ਬੋਮ ਵੀ ਕੰਮ ਆਉਂਦੇ ਨੇ ਚਲੋ ਬੰਦੇ ਦੀ ਮੈਨੂੰ ਗੋਲੀਆਂ ਦੀ ਆਵਾਜ਼ ਆਈ ਇੱਥੇ ਸ਼ਾਇਦ ਮੈਂ ਨੌਕ ਹੋਵਾਂ ਗੁਫਾ ਦੇ ਪਿੱਛੇ ਸੀਗੇ ਦੇਖ ਲਿਆ ਮੈਂ ਹੁਣ ਦੇਖਦੇ ਕੀ ਬਣਦਾ ਉਹ ਵੀ ਅੱਜ
ਤਾਂ ਬਹੁਤ ਵੀ ਮਾੜੇ ਟਾਈਮ ਹੀ ਆਉਂਦੇ ਨੇ ਲਾ ਲਓ ਹੁਣ ਤੁਸੀਂ ਕਮੈਂਟ 'ਚ ਨਾ ਲਿਖਿਓ ਕਿਲ ਚੋਰ ਕੋਈ ਨਾ ਚੱਲਦਾ टॉप 19 आ गया आपको तो बाकी मुझे देखो कीवर्ड है मेरे नाल बहुत ज़्यादा सर्वाइव एक गोली लगी तो उत्ती खत्म है भाई मतलब कि जिगरा चाहिए एक HP से जो होता कोई मेडिकेट वगैरह नहीं लानी सोच के देखो एक बार हाँ तेरी लोड है तेरी समाधि बनानी सी चलो हम चलते हैं माड़ा जहा जोन के अंदर क्योंकि पिछू भी ब्लू जोन आ रहा अपना थोड़ा जहा कट्ठे हो जाने असं माड़ा TPP लै लिए कि कोई बंदा सामने बैठा हो आप देखिए ही ना उन्हें बस भी पता लगे जो गोलियां पेगी आराम नाल चलांगे जी कवर लेंदे लेंदे जोन च क्योंकि जे मेरे नाल दे दे एक भी गोली वजी तो बंदा वो वही खत्म होती होल्ड इट डोंट फायर आराम नाल जा रहे हैं चुपचाप किसी नूं पता ना लगे वैसे भी इत्थे जिउंदे आ हजे चुपचाप कवर च चलने आ सी हौली हौली चलते जा रही TPP लेंदे लेंदे हम देखो जी अगे की बनता अपने एंड च जिन्हें जिन्हें यह चैनल वधिया लग्या लाइक ते कमेंट करके जरूर दस्यो ते मैनू इंस्टाग्राम ते फॉलो कर सकते हो तो ड्रॉप ही रहा है मैंने क्यों लगता उधर बंदे होंगे चलो जाके देखा जाए ड्रॉप ते बंदे ही होंगे ने सोचना गलत है ते बंदे Form up on me. भाई कितने हुई होती है पर तुम्हें समाधि बन जी सो दे दे मैं सोचा पहले अंदर हाउ पार्ट के जाने में लग गया इधर लेकर चाहे फिर उधर उतर तक क्योंकि होना था ये देखो चाहिए चीजें सीखनी है पर मैंने एक भी एमो नहीं मिली चलो कोई नहीं आ जाओ जोन दे अपन लाइन बाउंड्री तक चल रहे हैं बिल्कुल एक और बंदा होगा ब्रो वो शायद फॉर्म अप ऑन मी पर वो क्या मेरे नाल थे ने चलो मैं क्या मेरा टीममेट इतना प्रो है मैं तो ज्यादा खेल लेता हूं भाई बढ़िया गल है लेने भी चाहिए देने एक्सीलेंट वर्क चलो ये देखो लो 5 दी एमो मिल गई और भी बादू चीजें मिल गई पर आप हजे तक हेल्थ यूज नहीं की तो मैं सारिया सुत रहा ताकि देखते आप कि देर जो सकते बिना हेल्थ तो मेरी हेल्थ तुम देख ही सकते हो तो मेरे टीममेट की मैं लग रहा सिर कोई बंदा है पर नहीं फिर मैं अपने नाल दे नहीं गया अभी चलो लेट्स गो हुण हुण बहुत लूट करके बहुत घर खाली कर ले चोरां नहीं भी कुछ छड़ दो आज चल दे यहाँ पर भी बंदा आ रही पीछे राइट साइड मार्क द लोकेशन मैंने दिखाया नहीं मैंने भी बता लिया हट दे यार M416 तो 3x लग गया हुए और की चाहिए था बंदे ने मैच चलो तेरे से पेटीज की है 5 दी एमओ बहुत सी चेक लिया फर्स्ट एड साजे सुट रहा सी कई बार लोड लूड पै जाती है तो गल लग जाती है टॉप 6 च पहुंच गए सी जी सिर्फ 4 बंदे रह गए एक्सीलेंट वर्क हाय हुन डोंट रश रश ना कर किथे अपने ही रश बन जे थल्ले बंदे दिखे सी सानू
ਮੁੜ ਕੇ ਆਵਾਜ਼ ਆਈ ਸੀ ਅਸੀਂ ਲੱਭਣੇ ਵੀ ਕਿੱਥੇ ਗਏ ਮੇਰੇ ਨਾਲ ਦੇ ਨਜ਼ਦੀਕੀ ਟੀਮੇਟ ਨੂੰ ਮੀਟ ਜੋ ਪਰ ਮੈਂ ਕਿਸੇ ਮੀਟ ਰਹਿਣਾ ਸੀਗਾ ਫਿਰ ਮੈਂ ਦੁਬਾਰਾ ਖੜਾ ਹੋ ਗਿਆ ਮਿੰਟ ਕੇ ਬਾਅਦ ਖੜਾ ਹੋ ਗਿਆ ਵੈਸੇ ਤੁਸੀਂ ਨਾ ਕਦੇ ਖੜੇ ਹੋਏ ਹੋਏ ਇਹੋ ਜਿਹੀ ਸਿਚੁਏਸ਼ਨ 'ਚ Marked a location. Form up on me. मैं सारी वो जीत गया. पहले सॉरी जीत गया. ताकि मैं रिकवर ना करना. पाना वर्तना जी साढ़े नाल दो जाने रह गए. वही दो जाने रहने ने. ਅਤੇ ਅਸੀਂ ਦੋਵਾਂ ਟੋਪ ਚਾਰ ਚ ਆਪਾਂ ਅਤੇ ਦੇਖਦੇ ਮੇਰੇ ਵੀ ਫੋਰਮ ਅਪ ਔਨ ਮੀ ਚੱਲਦੇ ਆ ਫਿਰ ਅਸੀਂ ਸੋਚਿਆ ਹਾਂ ਡੋਮ ਦੇ ਅੰਦਰ ਵੜ ਜਾਂਦੇ ਕੋਈ ਨਾ ਕੋਈ ਤਾਂ ਹੋਊਗਾ ਹੋਰ ਬਸ ਅਸੀਂ ਚੁੱਪ ਚਾਪ ਉਰੇ ਬਹਿ ਗਏ ਮੇਰੇ ਨਾਲ ਦਾ ਬਾਈ ਬਾਹਰ ਮੰਤਰ ਪੜ੍ਹਨ ਲੱਗ ਗਿਆ ਖੜ ਕੇ ਮੈਂ ਕਹਿ ਰਿਹਾ ਵੀ ਅੰਦਰ ਆ ਜਾ ਫਿਰ ਮੈਂ ਆ ਗਿਆ ਅਸੀਂ ਚੁੱਪ ਚਾਪ ਹੁਣ ਉਰੇ ਖੜ੍ਹੇ ਰਹੇ ਥੋੜ੍ਹੀ ਦੇਰ ਫਿਰ ਅਸੀਂ ਸੋਚਿਆ ਵੀ ਚਲੋ ਚੱਲਦੇ ਹਾਂ ਉਰੋ ਪਿੱਛੋਂ ਜ਼ੋਨ ਵੀ ਆ ਰਿਹਾ ਸੀ ਸਾਨੂੰ ਉਹਦੀ ਚਿੰਤਾ ਸੀਗੀ ਕਿ ਜ਼ੋਨ 'ਚ ਨਾ ਮਰ ਜਾਈਏ ਫਿਰ ਅਸੀਂ ਕਿਹਾ ਚਲੋ ਨਿਕਲ ਜਾ ਉਰੋ ਇੱਕ ਵਾਰ ਤਾਂ ਜ਼ੋਨ ਦੇ ਬਿਲਕੁਲ ਨਾਲ ਟੱਚ ਹੋ ਕੇ ਜਾ ਰਿਹਾ ਟਾਈਮ ਵੀ 0 ਸੈਕਿੰਡ ਰਹਿ ਗਿਆ ਜ਼ੋਨ ਵੀ ਵਿੱਚ ਚੱਲ ਪਿਆ ਹੁਣ ਮੈਂ ਸੋਚਿਆ ਵਿੱਚੋਂ ਚੱਲਦੇ ਹਾਂ ਫਿਰ ਵਿੱਚੋਂ ਮੈਂ ਸੋਚਿਆ ਕਿ ਓਪਨ ਹੈ ਓਪਨ 'ਚ ਤਾਂ ਬੰਦੇ ਖੁੱਲ੍ਹੇ ਫਾਇਰਿੰਗ ਕਰ ਦਿੰਦੇ ਆ ਬੰਦਾ ਖਤਮ ਹੈ ਫਿਰ ਮੈਂ ਸੋਚਿਆ ਪਿੱਛੇ ਹੀ ਚੱਲਦੇ ਹਾਂ ਆਪਾਂ ਅਤੇ ਆਪਾਂ ਹੁਣ ਕਵਰ ਲੈਂਦੇ ਲੈਂਦੇ ਚੱਲਾਂਗੇ ਜ਼ੋਨ ਦੇ ਅੰਦਰ ਪਹਿਲਾਂ ਮੈਂ ਸੋਚਿਆ ਉਹ ਪੱਥਰ ਪਿੱਛੇ ਪਰ ਆਹ ਪੱਥਰ ਜ਼ੋਨ 'ਚ ਸੀਗਾ ਤਾਂ ਮੈਂ ਇਹ ਅੰਦਰ ਆ ਗਿਆ ਜੇ ਇੱਕ ਵੀ ਗੋਲੀ ਸਾਨੂੰ ਲੱਗਦੀ ਆ ਹੁਣ ਤਾਂ ਅਸੀਂ ਖਤਮ ਅਸੀਂ ਸੋਚਿਆ ਫਿਰ ਆਪਾਂ ਸਾਹਮਣੇ ਘਰਾਂ 'ਚ ਚੱਲਦੇ ਹਾਂ ਆਰਾਮ ਨਾਲ ਲੁਕਦੇ ਲੁਕਾਉਂਦੇ ਕਵਰ 'ਚ ਜਾਂਦੇ ਜਾਂਦੇ ਦੋ ਹੀ ਜਾਣੇ ਰਹਿੰਦੇ ਨੇ ਕੁਛ ਨਹੀਂ ਪਤਾ ਨਾ ਕਦ ਕਿੱਧਰੋਂ ਆ ਜਾਣੇ ਸੀ ਅਸੀਂ ਚੁੱਪ ਚਾਪ ਪਹਿਲਾਂ ਉੱਧਰਲੇ ਪਾਸੇ ਚਲੀ ਗਏ ਘਰਾਂ 'ਚ ਕਵਰ ਲੈਂਦੇ ਜਾ ਕੇ ਉੱਤੇ ਦੇਖ ਰਹੇ ਸੀ ਮੈਨੂੰ ਲੱਗਿਆ ਵੀ ਉੱਤੇ ਬੰਦੇ ਹੋਣਗੇ ਹਾਈਟ 'ਤੇ ਤਾਂ ਕਰਕੇ ਚੱਲਦੇ ਗਏ ਜੀ ਅਸੀਂ ਤੁਰਦੇ ਗਏ ਮੀਲੋ ਮੀਲ ਤੁਰਦੇ ਖਰਾਬ ਹੁੰਦਾ ਮੈਂ ਕਿਹਾ ਚਲੋ ਦੂਜੇ ਘਰ 'ਚ ਜਾ ਕੇ ਲੂਟ ਕਰ ਲੈਂਦੇ ਹਾਂ ਇਕੱਠੇ ਕਦੇ ਹੁੰਦੇ ਨਹੀਂ ਇੱਕ ਘਰ 'ਚ ਨਾ ਮੈਨੂੰ ਸਭ ਤੋਂ ਜ਼ਿਆਦਾ ਫਸਟ ਏਡ ਹੀ ਦਿਖ ਰਹੀ ਹੈ ਜਿਹੜੀ ਚੀਜ਼ ਨਹੀਂ ਲੋਕ ਉਹੀ ਦਿਖ ਰਹੀ ਹੈ ਬਾਕੀ ਦਾ ਕੋਈ ਚੀਜ਼ ਦਿਖੀ ਨਹੀਂ ਅਸੀਂ ਘਰ ਲੁੱਟਣ ਲੱਗ ਗਏ ਥੋੜ੍ਹਾ ਜਿਹਾ ਇਹ ਕਹਿੰਦਾ ਮੇਰੇ ਨਾਲ ਦਾ ਮੈਂ ਫਿਰ ਇੱਥੇ ਆਪਾਂ ਕੈਂਪ ਕਰਕੇ ਬਹਿੰਦੇ ਹਾਂ ਮੈਂ ਕਿਹਾ ਚਲੋ ਹੈਲਥੀ ਤਾਂ ਹੈ ਨਹੀਂ ਇੰਨੀ ਰਸ਼ ਕਰਨ ਵਾਲੀ ਆਪਾਂ ਕੈਂਪ ਹੀ ਕਰ ਲੈਂਦੇ ਹਾਂ ਥੋੜ੍ਹੀ ਦੇਰ ਫਿਰ ਅਸੀਂ ਥੋੜ੍ਹੀ ਸਿਚੁਏਸ਼ਨਾਂ ਬਣਾਈਆਂ ਵੀ ਥੋੜ੍ਹੇ ਪੈਟਰਨ ਬਣਾ ਕੇ ਬੈਠਦੇ ਹਾਂ ਫਿਰ ਬੈਠੇ ਬੈਠੇ ਰਹੇ ਬਸ ਬੈਠੇ ਰਹਿ ਕੇ ਅਤੇ ਤੁਰ ਰਹੇ ਹਾਂ ਜੀ ਅਸੀਂ ਦੇਖਦੇ ਹਾਂ ਹੁਣ ਮੈਂ ਸੋਚਿਆ ਵੀ ਕੈਂਪਿੰਗ ਕਰਕੇ ਕੁਛ ਨਹੀਂ ਬਣਨਾ ਚਲੋ ਥੋੜ੍ਹਾ ਜਿਹਾ ਟੀ ਪੀ ਪੀ ਲੈਂਦੇ ਹਾਂ ਵੀ ਦੇਖਦੇ ਹਾਂ ਬੰਦੇ ਕਿੱਥੇ ਕੁ ਬੈਠੇ ਨੇ ਫਿਰ ਉਸ ਹਿਸਾਬ ਨਾਲ ਕਰੀਏ ਕੁਛ ਕਾਰਾਂ ਕੂਰਾ ਫਿਰ ਮੈਂ ਦੁਬਾਰਾ ਆ ਗਿਆ ਇੱਧਰ ਪਤਾ ਨਹੀਂ ਮੈਂ ਕੀ ਸੁਣ ਰਿਹਾ ਸੀ ਦੁਬਾਰਾ ਦੇ ਆਰੋ ਪਾਰੋ ਪਿੱਛੇ ਜ਼ੋਨ ਆ ਰਿਹਾ ਸੀ ਫੋਰਮ ਅਪ ਔਨ ਮੀ ਚੱਲਦੇ ਆ ਤੇ ਜ਼ੋਨ ਨੇ ਇੱਕ ਸੈਕਿੰਡ ਜ਼ੋਨ 'ਚ ਰਹਿ ਗਿਆ ਆਪਾਂ ਖਤਮ ਆ ਫਿਰ ਆਪਾਂ ਹੌਲੀ 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 ਕਰਦੇ ਕਰਦੇ ਘਰਾਂ 'ਚ ਲੂਟ ਕਰਦੇ ਕਰਦੇ ਤਾਂ ਆਪਾਂ ਨਿਕਲ ਗਏ ਉਰੋ ਅਤੇ ਮੈਨੂੰ ਸਾਹਮਣੇ ਦਿਖੇ ਬੰਦੇ ਪੱਥਰਾਂ 'ਤੇ ਮੈਨੂੰ ਬੰਦਾ ਦਿਖਿਆ ਉੱਥੇ ਕੁ ਜੇ ਉਹ ਦੇਖੋ ਉਹਦਾ ਸਿਰ ਦਿਖ ਰਿਹਾ ਸੀਗਾ ਪਤਾ ਨਹੀਂ ਮੇਰਾ ਕਿੱਥੇ ਦਿਖ ਰਿਹਾ ਸੀਗਾ ਮੈਂ ਮਾਰਕ ਕਰ ਰਿਹਾ ਸੀਗਾ ਹਜੇ ਮੈਂ ਕਿਹਾ ਘਰਾਂ ਦੇ ਵਿੱਚ ਆ ਜਾ ਹਜੇ ਫਿਲਹਾਲ ਵੀ ਕੁਛ ਨਹੀਂ ਪਤਾ ਕਦੇ ਵੀ ਉਹ ਫਾਇਰ ਕਰ ਸਕਦਾ ਆਪਾਂ ਨੂੰ ਮੈਂ ਥੋੜ੍ਹੇ ਇੱਧਰ ਆ ਕੇ ਟੀ ਪੀ ਪੀ ਲੈਣ ਲੱਗ ਗਏ ਵੀ ਚਲੋ ਕੋਸ਼ਿਸ਼ ਕਰਦੇ ਹਾਂ ਥੋੜ੍ਹਾ ਜਿਹਾ ਉਹਨੂੰ ਮਾਰਨ ਦੀ ਦੋ ਜਾਣੇ ਸੀਗੇ ਇਕੱਠੇ ਹੋਏ ਸੀਗੇ ਇਸ ਲਈ ਸਾਡਾ ਜਿੱਤਣਾ ਤਾਂ ਮੁਸ਼ਕਿਲ ਹੈ ਜੀ ਸੋ ਦੇਖਦੇ ਕੀ ਬਣਦਾ ਹੋਣਾ ਬਹੁਤ ਧਿਆਨ ਨਾਲ ਫਾਇਰਿੰਗ ਕਰਨ ਦੀ ਸੋਚ ਰਹੇ ਜੀ ਅਸੀਂ ਵੀ ਕਿਸੇ ਹਿਸਾਬ ਨਾਲ ਹਰਾ ਦਈਏ ਮੇਰੇ ਨਾਲ ਦਾ ਵੀ ਮੇਰੇ ਪਿੱਛੇ ਵੀ ਜੇ ਕੋਈ ਰਿਵਾਈਵ ਰਿਵਾਈਵ ਦੀ ਲੋੜ ਪੈਂਦੀ ਹੈ ਫਾਇਰਿੰਗ ਕੀਤੀ ਉਹਨੇ ਮੇਰੇ ਉੱਤੇ ਕਰਤੀ ਅਤੇ ਮੈਂ ਮਸਾਂ ਬਚਿਆ ਛਾਲ ਮਾਰ ਕੇ
थ्री एक्स भी है कोई फायदा नहीं इस थ्री एक्स का भी दे की बनता अपना हूँ पिछे जे दे असी टीवी भी ला रहे थे जे बंदा मारूगा तो उरे अपने अगे दवार है तो देखो बड़ा खुराफाती आइडिया देखो मैं सोचा भैन ना ही मार दिया पतंत्र फिर मैं सोचा भैन तो नहीं तू जाता नहीं जो डेगता बंदा चाहिए देखने वाला पिछे जोन आ गया असी जोन का ध्यान दिता तो मैं तो और ही हो गया जी खत्म सो थैंक यू फॉर वॉचिंग आर वीडियो सब्सक्राइब करना ना भूलियो थैंक्स